ਦੁਸ਼ਹਿਰੇ ਤੇ ਰਾਵਣ ਦੀ ਥਾਂ ਮੋਦੀ ਦੇ ਪੁਤਲੇ ਸਾੜੇ ਗਏ ਸਨ। ਹੁਣ ਦੀਵਾਲੀ ਤੇ ਕਿਸਾਨਾਂ ਨੇ ਨਵਾਂ ਐਲਾਨ ਕਰ ਦਿੱਤਾ। ਕਿਸਾਨਾਂ ਨੇ ਐਲਾਨ ਕੀਤਾ ਕਿ 14 ਨਵੰਬਰ ਨੂੰ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਕਾਲੀ ਦੀਵਾਲੀ ਮਨਾਉਂਦਿਆਂ ਘਰਾਂ ਉੱਤੇ ਕਾਲੀਆਂ ਚੰਨੀਆਂ ਲਾਈਆਂ ਜਾਣਗੀਆਂ ਤੇ ਮੋਦੀ ਸਰਕਾਰ ਦੇ 1000 ਤੋਂ ਵੱਧ ਪਿੰਡਾਂ ਵਿੱਚ ਆਰਥੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਪੰਜਾਬ ਨੂੰ ਅਲੱਗ ਥਲਾ ਕਰਨ ਦੇ ਰਾਹ ਪੈ ਗਈ ਹੈ ਤੇ ਰੇਲ ਟਰੈਕ ਖਾਲੀ ਹੋਣ ਦੇ ਬਾਵਜੂਦ ਮਾਲ ਗੱਡੀਆਂ ਚਲਾਉਣ ਲਈ ਕਈ ਤਰ੍ਹਾਂ ਦੀਆਂ ਸ਼ਰਤਾਂ ਦੇ ਬਹਾਨੇਬਾਜ਼ੀ ਕੀਤੀ ਜਾ ਰਹੀ ਹੈ। ਕੇਂਦਰ ਨੇ ਕੋਰੋਨਾ ਦੇ ਦੌਰਾਨ ਸਿਰਫ ਮਾਲ ਗੱਡੀਆਂ ਚਲਾਈਆਂ ਸਨ ਜਦਕਿ ਯਾਤਰੂ ਗੱਡੀਆਂ ਬੰਦ ਕੀਤੀਆਂ ਸਨ, ਤਾਂ ਹੁਣ ਕਿਸ ਆਧਾਰ ਤੇ ਮਾਲ ਗੱਡੀਆਂ ਨੂੰ ਯਾਤਰੂ ਗੱਡੀਆਂ ਦੇ ਨਾਲ ਜੋੜ ਰਹੇ ਨੇ। ਦੱਸ ਦਈਏ ਕਿ ਖੇਤੀ ਵਿਰੋਧੀ ਬਿੱਲਾਂ ਦੇ ਵਿਰੋਧ ਵਿੱਚ ਕਿਸਾਨ ਯੂਨੀਅਨਾਂ ਵੱਲੋਂ ਅੱਜ 39ਵੇਂ ਦਿਨ ਵੀ ਸ਼ਾਪਿੰਗ ਮਾਲਜ਼, ਟੋਲ ਪਲਾਜ਼ਾ, ਰਿਲਾਇੰਸ ਪੰਪ, ਭਾਜਪਾ ਆਗੂਆਂ ਦੇ ਘਰਾਂ ਤੇ ਪ੍ਰਾਈਵੇਟ ਥਰਮਲਾਂ ਦੇ ਸਮੇਤ ਹੋਰ ਥਾਵਾਂ ਤੇ ਧਰਨੇ ਜਾਰੀ ਨੇ। ਉਧਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਜਨਰਲ ਸਕੱਤਰ ਸਰਵਣ ਸਿੰਘ ਪੰਦੇ ਨੇ ਦੱਸਿਆ ਕਿ ਸ਼ਾਪਿੰਗ ਮਾਲ ਕਪੂਰਥਲਾ ਤੇ ਸ਼ੇਰੋਂ ਵੱਲੋਂ ਟੋਲ ਪਲਾਜ਼ੇ ਤਰਨ ਤਾਰਨ ਅੱਗੇ ਲੱਗਾ ਧਰਨਾ ਵੀ 30ਵੇਂ ਦਿਨ ਵਿੱਚ ਸ਼ਾਮਲ ਹੋ ਗਿਆ।